विदेशों में खेडी जाने वाली मैराथन की खेड हुण पंजाब के पिंडां विच वड्डे पद्धर उत्ते पहुंच चुकी है, क्योंकि खेडां पंजाबियां दा जनून है। उह जिन्नी तेजी दे नाल अगे वधदे ने, लड़ाइयां विच लड़दे ने, उन्नी ही तेजी नाल उह हरेक गेम भी खेडदे ने। पिंड दे लोक खेड मेलियां नूं भी उह उन्नी ही दिलचस्पी दे नाल देखदे ने। बाज स्पोर्ट्स अकैडमी सुल्तानपुर लोधी ने समाजिक संस्थावां दे सहयोग दे नाल सुल्तानपुर लोधी दे पिंड परमजीतपुर विच कौमी पद्धर दी मैराथन करवाउण दी जिम्मेवारी संभाली, जिथे 10 किलोमीटर, 5 किलोमीटर, 3 किलोमीटर दी मैराथन करवाई गई। इस दे नाल ही नौजवानां नूं नशियां तों दूर रहण दा सुनेहा दित्ता गया, जिस विच देश दे 5 राज्यां दे सैकड़े खिडारियां ने भाग लिया। इस मैराथन विच देश दे 5 राज्यां दे सैकड़े खिडारियां ने भाग लिया। खास गल इह है कि इस दौरान दिव्यांग खिडारियां ने भी हिस्सा लिया। अजीत पंजाबी दी ऑथेंटिक खबरां दे लई सबसक्राइब करो अजीत वैब टीवी, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਲ ਜੀ ਦਾ ਹਾਲ ਚਾਲ ਆ ਜੀ ਜੀ ਫਤਿਹ। ਮੈਂ ਬੜਾ ਖੁਸ਼ ਹਾਂ ਮੇਰੇ ਜਿੰਦੇ ਜੀ ਦੇ, ਜਿਹੜਾ ਮੈਂ ਦੇਖ ਲਈ ਆਪਣੇ ਮੁਲਕ। ਅੱਗੇ ਵੀ ਮੈਂ ਬਾਹਰ ਰਿਹਾ 20-25 ਸਾਲ, ਹਰ ਸਾਲ ਆਉਂਦਾ ਰਿਹਾ, ਆਪਣਾ ਮੁਲਕ ਨਹੀਂ ਛੱਡਿਆ। ਬਈ ਜਿੱਥੇ ਮੇਰਾ ਜਨਮ ਹੋਇਆ ਜਾਂ ਜਿੱਥੇ ਮੇਰੇ ਭੈਣ ਭਾਈ ਆ, ਜਿੱਥੇ ਕਈ ਪਬਲਿਕ ਵਾ, ਇਹ ਪੰਜਾਬੀ ਦਾ ਮੁਲਕ ਨਾ, ਲਾਂਭਲੇ ਮੁਲਕ ਵੀ ਕੰਮ ਕਰ ਕਰਕੇ ਯਾਦ ਤੇ, ਪਰ ਲਾਂਭਲੇ ਮੁਲਕਾਂ ਤੋਂ ਇੱਕ ਤੋਹਫਾ ਲੈ, ਅਕਲ ਦਾ ਤੋਹਫਾ, ਥੋੜਾ ਅਕਲ ਦਾ ਤੋਹਫਾ ਮਿਲ ਗਿਆ ਹੈ ਨਾ। ਉਹਦੇ ਨਾਲ ਬੜਾ ਕਾਮਯਾਬ ਹੋਇਆ, ਹਰ 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 ਮੱਖਣ ਅਜੇ ਵੀ ਚਲੋ ਕੋਈ ਗੱਲ ਨਹੀਂ, ਹਿੰਦੂਆਂ ਦੁਆ ਮੁਕਾਬਲੇ ਤੇ ਤਾਂ ਹੁੰਦਾ ਹੀ ਨਹੀਂ, ਪਰ ਹੁਣ ਮੈਂ ਜਿੰਦਾ ਜਿੰਦਾ ਬੜਾ ਖੁਸ਼ ਹਾਂ ਵੀ ਜਿਹੜੇ ਸਾਡੇ ਮੁਲਕ ਦੇ ਵਿੱਚ ਸਾਰੀਆਂ ਗੱਲਾਂ ਆ ਗਈਆਂ, ਸਕੂਲਾਂ ਵਾਲੀਆਂ ਵੀ ਹੋਰ ਵੀ ਬੜੀਆਂ ਕਾਮਯਾਬ ਆ। ਪਰ ਉਹਦੇ ਮੇਰੇ ਉਮਰ ਦੇ ਬਜ਼ੁਰਗ ਜਿੰਨੇ ਆ ਇਹਨਾਂ ਨੂੰ ਜੇ ਮਰ ਗਏ ਹੋ ਨਾ, ਫਿਰ ਬੜੀ ਕਾਮਯਾਬੀ ਹੋ ਜਾਣੀ ਆ। ਇਹ ਅੰਦਰੋਂ ਅੰਦਰੀ ਮਿੱਠੀ ਇਹ ਜਕੀ ਦਾ ਪਾਉਣ ਜਿਹੜੇ ਹੈਗੇ ਆ, ਜਿਹੜੇ ਆ ਜਿਹੜੇ ਆ ਉੱਥੇ ਆ ਜਾਂ ਆ ਦੇਖਦੇ ਆ ਕੰਮ ਕਰਦੇ ਆ, ਆਪਣੇ ਮੁਲਕ ਅੱਗਾ ਮੁਲਕ ਹੋਈ ਇਹਦੇ ਵਿੱਚ ਦੋਵੇਂ ਮਹੀਨੇ ਦੀਆਂ 6 ਰੁੱਤਾਂ ਆਉਂਦੀਆਂ। ਇਹ ਮੁਲਕ ਦੇ ਜਾਂ ਲਾਂਭਲੇ ਮੁਲਕ ਨੂੰ ਆਵਾਜ਼ ਕਰ ਸਕਦੇ, ਅਮੀਰ ਕਰ ਸਕਦੇ, ਤਾਂ ਆਪਣਾ ਮੁਲਕ ਕਿਉਂ ਨਾ ਕਰਦੇ, ਆਪਣਾ ਮੁਲਕ ਵੀ ਕਰ ਸਕਦੇ। ਪਰ ਉਹ ਪਿਛਲੇ ਜਿਹੜੇ ਸਤੂੰਗਰ ਆ ਉਹ ਸਹੀ ਸਹੀ ਬੈਂਕ ਦੇ ਜਾਂਦੇ ਆ, ਉਹਨਾਂ ਦਾ ਅੱਜ ਉਂਗਲੀ ਚੱਲਦੀ ਅਜੇ ਉਹਨਾਂ ਨੇ ਜਿੰਦਾ ਉਂਗਲੀ ਚੱਲਦੀ ਆ ਠੀਕ ਆ, ਜਿਹੜੇ ਚੱਲਣ ਹਟ ਗਏ ਹਟੀ ਜਾਂਦੇ ਅਕਸਰ ਮੇਰੇ ਵਰਗਿਆਂ ਦੀ ਕਿੰਨਾ ਚਿਰ ਬਹਿ ਜਾਣਾ ਇਹਨੂੰ। ਇਹ ਕਾਮਯਾਬ ਕੋਈ ਇੱਥੇ ਕੋਈ ਘੱਟ ਨਹੀਂ, ਹੋਰ ਵਧਾ ਇਹਦੇ ਵਿੱਚ ਮਕਾਨ ਬੜੇ ਵਧੀਆ ਅੱਗੇ ਮਕਾਨ ਕੱਚੇ ਮਕਾਨ ਕੱਚੇ ਪਿੰਡ ਸਾਰੇ ਦੇਖੇ ਨੇ, ਹੁਣ ਕਿਸੇ ਗੱਲ ਦੀ ਕਮੀ ਨੀ ਪਿੰਡਾਂ ਚ ਵੀ ਬਹੁਤ ਮੌਜ ਲੱਗੀ ਦੇਖ ਲਈ ਜ਼ਿੰਦਗੀ ਦੇ ਵਿੱਚ ਸਭ ਬੰਦੇ। ਪਰ ਉਹਦੇ ਖਿੱਚਾ ਦੂਰ ਨੀ ਹੈਗੀ, ਪੰਜਾਬ ਦੀ ਨੌਜਵਾਨੀ ਨੂੰ ਛਿੜਿਆ ਆ ਦੇ ਤਾਂ ਰਹੇ ਤੁਸੀਂ, ਇਹਦੇ ਵੱਡਾ ਸੁਨੇਹਾ ਹੋਰ ਕਿਹੜਾ ਆ। ਉਦੋਂ ਵੀ ਲੱਗ ਲਓ ਆ ਤਾਂ ਦੇ ਤਾਂ ਰਹੇ ਆ, ਇਹਦੇ ਵੱਡਾ ਤਾਂ ਸੁਨੇਹਾ ਦੁਨੀਆਂ ਦੇ ਕੋਈ ਵੀ ਨਹੀਂ। ਜਿੱਦਾਂ ਜਿੱਦਾਂ ਬਾਹਰ ਦੇ ਮਾਲੋ ਕਾਮਯਾਬ ਹੋਏ ਉਹ ਤਾਂ ਕੰਮ ਹੋ ਰਿਹਾ, ਇਹ ਆਪਾਂ ਸੁਨੇਹਾ ਹੀ ਦਿੰਦੇ ਪੰਜਾਬ ਦੇ ਜਾਣੇ, ਆਪਾਂ ਰੌਲਾ ਪਾ ਕੇ ਥੋੜੇ ਆਪਾਂ ਉਹਨਾਂ ਦੇ ਦਿਲ ਵਿੱਚ ਅੰਦਰ ਪਾਉਣਾ ਕੰਮ ਵੀ ਗੱਲ ਵੀ ਨਾਂ ਤੇ ਮੈਂ ਤੁਸੀਂ ਤੁਸੀਂ ਵੀ ਜਵਾਬ ਦਿਓ, ਸੁਨੇਹਾ ਦਿੰਦੇ ਨੇ ਪੰਜਾਬ ਦੀ ਜਵਾਨੀ ਵੀ ਸੁਨੇਹਾ ਦਿੰਦੇ ਹੋਇਆ, ਕਿੱਥੇ ਮੈਨੂੰ ਬੁਲਾਇਆ, ਕਿੱਥੇ ਮੁਲਕ ਇਕੱਠਾ ਕੀਤਾ,
ਕਿੱਥੇ ਇੰਨਾ ਖਰਚਾ ਕੀਤਾ ਪੰਜਾਬ ਦੀ ਜਵਾਨੀ ਨੂੰ ਸੁਨੇਹਾ ਦੇ ਰਹੇ ਸੀ। ਸਰ ਮੇਰਾ ਨਾਮ ਕਮਲਦੀਪ ਕੌਰ, ਮੈਂ ਐਥਲੈਟਿਕ ਦੀ ਕੋਚ ਹਾਂ। ਸਰ ਅਸੀਂ ਇਸ ਬਾਲ ਸਪੋਰਟਸ ਅਕੈਡਮੀ ਵੱਲੋਂ ਅਸੀਂ ਮਤਲਬ ਕਿ ਐਥਲੈਟ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਜਿਸ ਦੇ ਨਾਲ ਮੇਰੇ ਸ਼ਹੀਦ ਊਧਮ ਸਿੰਘ ਕਲੱਬ ਐਂਡ ਭਗਤ ਸਿੰਘ ਕਲੱਬ ਜਿਹੜੇ ਉਹ ਮੈਨੂੰ ਸਪੋਰਟਡ ਕਰ ਰਿਹਾ ਪਿੰਡ ਪਰਮਜੀਤਪੁਰ ਤੋਂ। ਮੇਰੇ ਬ੍ਰਦਰ ਮਹਿੰਦਰ ਸਿੰਘ ਜੀ ਐਂਡ ਪਰਮਜੀਤ ਸਿੰਘ ਜੀ ਸਮੂਹ ਇਲਾਕਾ ਜਿਹੜੇ ਸਾਡੇ ਪਰਮਜੀਤਪੁਰ ਦੇ ਸਾਰੇ ਸਪੋਰਟਡ ਕਰ ਰਹੇ ਆ। ਸਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਥੇ ਦੀ ਅਕੈਡਮੀ ਖੋਲੀ, ਉਹਦੇ ਵਿੱਚ ਅਸੀਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਹਾਂ, ਉਹਨਾਂ ਨੂੰ ਤਿਆਰ ਕਰਕੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਅੱਗੇ ਲੈ ਕੇ ਜਾਵਾਂਗੇ। ਤੇ ਅਸੀਂ ਇਸ ਨੂੰ ਅਕੈਡਮੀ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਜਾਣਾ ਤੇ ਬੱਚਿਆਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਉਹ ਆਪਣਾ ਨਾਂ ਰੋਸ਼ਨ ਕਰ ਸਕਣ, ਚੰਗੇ ਪਾਸੇ ਜਾ ਸਕਣ। ਸਰ ਇਸ ਦੇ ਵਿੱਚ ਅੱਜ ਅਸੀਂ 10 ਕਿਲੋਮੀਟਰ, 5 ਕਿਲੋਮੀਟਰ, 3 ਕਿਲੋਮੀਟਰ, ਇਸ ਤੋਂ ਇਲਾਵਾ 100 ਮੀਟਰ ਕਰਵਾਈਆਂ ਨੇ, ਜਿਸ ਦੇ ਵਿੱਚ ਸਾਡੇ ਕੋਲ ਛੋਟੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗਾਂ ਨੇ ਭਾਗ ਲਿਆ ਵਾ ਜੀ। ਸਰ ਸਾਡੇ ਅੱਜ ਦੇ ਚੀਫ ਸਰਦਾਰ ਫੌਜਾ ਸਿੰਘ ਜੀ, ਜਿਨ੍ਹਾਂ ਨੇ ਸਰ 3 ਬੂਸਟਰ ਮੈਰਾਥਨ ਲਾਈਆਂ ਵਾ ਅਮਰੀਕਾ ਦੇ ਵਿੱਚ। ਉਸ ਤੋਂ ਇਲਾਵਾ ਸਾਡੇ ਏਸ਼ੀਅਨ ਮੈਡਲਿਸਟ ਰਸਪਾਲ ਸਿੰਘ ਜੀ, ਜੋ ਸਾਡੇ ਇਸ ਅਕੈਡਮੀ ਦੇ ਮੇਨ ਕੋਚ ਨੇ ਕੁਆਲੀਫਾਈ, ਉਹ ਸਾਨੂੰ ਇਸ ਨੂੰ ਸਪੋਰਟਡ ਕਰ ਰਹੇ ਹਨ ਜੀ। ਸਰ ਮੈਂ ਖੁਦ 2018 'ਚ ਐਥਲੈਟਿਕ ਸ਼ੁਰੂ ਕੀਤੀ ਸੀ ਤੇ ਮੇਰਾ ਮੋਟੋ ਸੀ ਕਿ ਮੈਂ ਆਪਣੇ ਏਰੀਆ ਵਿੱਚ ਐਥਲੈਟਿਕ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ ਤੇ ਨਵੇਂ ਪਲੇਅਰ ਤਿਆਰ ਕਰਨਾ ਚਾਹੁੰਦੀ ਹਾਂ। ਇਸ ਲਈ ਮੈਂ ਇਹਦੇ ਵਿੱਚ ਉਪਰਾਲਾ ਕੀਤਾ ਆਪਣੇ ਭੈਣ ਭਰਾਵਾਂ ਦੇ ਨਾਲ, ਜਿਨ੍ਹਾਂ ਨੇ ਮੈਨੂੰ ਪਹਿਲਾਂ 13 ਨਵੰਬਰ ਵਿੱਚ ਬਹੁਤ ਸਪੋਰਟ ਕੀਤਾ, ਹੁਣ ਸਾਡੀ 9 ਅਪ੍ਰੈਲ ਨੂੰ ਹੋ ਰਹੀ, ਇਹਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਪਰਮਜੀਤ ਵੱਲੋਂ ਸਪੋਰਟ ਕੀਤਾ ਵਾ ਜੀ। ਮੇਰਾ ਨਾਮ ਪਰਮਿੰਦਰ ਸਿੰਘ ਲਵਲੀ ਆ, ਮੈਂ ਕੈਨੇਡਾ ਤੋਂ ਆਇਆ ਤੇ ਇਹ ਅਸੀਂ ਬੜੀ ਦੇਰ ਤੋਂ ਜਿਹੜੇ ਟੂਰਨਾਮੈਂਟ ਕਰਾਉਂਦੇ ਆਏ ਆ ਤੇ ਇਸ ਵਾਰੀ ਅਸੀਂ ਪਹਿਲੀ ਵਾਰ ਉਦਮ ਕੀਤਾ ਵੀ ਜਿਹੜਾ ਐਥਲੈਟਿਕਸ ਦਾ ਜਿਹੜੀ ਮੈਰਥਨ ਦੌੜ ਆ ਇਹਦਾ ਉਪਰਾਲਾ ਕੀਤਾ। ਜਿਹੜੇ ਸਾਡਾ ਮੇਨ ਮੋਟਿਵ ਜਿਹੜਾ ਇਹ ਹੈ ਵੀ ਅਸੀਂ ਛੋਟੇ ਬੱਚਿਆਂ ਨੂੰ ਤਿਆਰ ਕਰ ਸਕੀਏ ਤੇ ਇਹਨਾਂ ਨੂੰ ਜਿਹੜੇ ਹੋਰ ਬੁਲੰਦੀਆਂ ਵੱਲ ਲੈ ਕੇ ਜਾ ਸਕੀਏ। ਤੇ ਜਿਹੜਾ ਸਾਡਾ ਅੱਜ ਹੁਣ ਇੰਨਾ ਜ਼ਿਆਦਾ ਮਾਹੌਲ ਵਧੀਆ ਹੈ, ਜਿਹੜਾ ਅਸੀਂ ਪਹਿਲੀ ਵਾਰ ਵੇਖਿਆ ਵੀ ਸਾਨੂੰ ਸਵੇਰ ਤੋਂ ਹੀ ਜਿਹੜੀ ਇੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਸਾਰਾ ਕੁਛ ਵਧੀਆ ਚੱਲ ਰਿਹਾ ਤੇ ਜਿਹਦੇ ਨਾਲ ਸਾਨੂੰ ਆਪ ਨੂੰ ਵੀ ਬੜਾ ਹੌਸਲਾ ਮਿਲਦਾ। ਮੈਰਥਨ ਆਲਮੋਸਟ 4 ਤੋਂ 5 ਸਟੇਟਾਂ ਦੇ ਜਿਹੜੇ ਆ ਉਹ ਪਲੇਅਰ ਪਹੁੰਚੇ ਨੇ, ਜਿਵੇਂ ਹਰਿਆਣਾ ਹੋ ਗਿਆ, ਰਾਜਸਥਾਨ ਤੋਂ ਆਏ, ਹਿਮਾਚਲ ਤੋਂ ਆਏ ਆ, ਊਨਾ ਤੋਂ ਆਏ ਆ, ਤੇ ਬਹੁਤ ਦੂਰੋਂ ਦੂਰੋਂ ਜਿਹੜੇ ਆ ਪਲੇਅਰ ਆਏ ਆ। ਮੇਰਾ ਨਾਮ ਸ੍ਰੀ ਰਾਮ ਯਾਦਵ ਹੈ, ਮੈਂ ਯੂਪੀ ਗਾਜੀਪੁਰ ਸੇ ਬਿਲੋਂਗ ਕਰਤਾ ਹੂੰ। ਅੱਜ ਮੈਂ ਯਹਾਂ ਪੇ ਸੁਲਤਾਨਪੁਰ ਲੋਧੀ ਮੇ ਮੈਰਾਥਨ ਕਰਨੇ ਆਇਆ ਹੂੰ। ਮੁਝੇ ਬਹੁਤ ਅੱਛਾ ਲਗਾ, ਪਹਿਲੇ ਮੈਂ ਅਗਲੇ ਸਾਲ ਜਬ ਹੁਆ ਥਾ ਮੈਂ ਅਕੇਲੇ ਆਇਆ ਥਾ, ਇਸ ਵਾਰ 12 ਲੋਕ ਕੋ ਲੈ ਕੇ ਆਇਆ ਹੂੰ। ਮੁਝੇ ਬਹੁਤ ਅੱਛਾ ਲਗਾ ਕਿ ਯਹਾਂ ਪੇ ਜੈਸੇ ਮੈਰਾਥਨ ਹੋਤਾ ਹੈ ਤੇ ਬਹੁਤ ਸਾਰੇ ਲੋਕ ਹਮੇ ਦੇਖ ਕੇ ਜਾਗਰੂਕ ਹੋਤੇ ਹੈ ਔਰ ਉਨਕੋ ਥੋੜਾ ਸਾਹਸ ਮਿਲਤਾ ਹੈ। ਹਮ ਲੋਕ ਵੀਲ ਚੇਅਰ ਪੇ ਹੈ ਜੋ ਕਿ ਹਮ ਲੋਕ 24 ਘੰਟੇ ਕਾ ਸਫ਼ਰ ਕਰਕੇ ਟ੍ਰੇਨ ਸੇ ਆਏ ਹੈ। ਹਮੇ ਨਾ ਯੂਨ ਕਾ ਮਾਲੂਮ ਹੈ ਨਾ ਲਾਈਟਿੰਗ ਕਾ ਮਾਲੂਮ ਹੈ, ਹਮਾਰਾ ਹਿੱਸਾ ਇਸਸੇ ਨੀਚੇ ਕਾ ਬਿਲਕੁਲ ਕਾਮ ਨਹੀਂ ਕਰਤਾ ਹੈ, ਹਮਾਰਾ ਸਪਾਈਨਲ ਇੰਜਰੀ ਹੋ ਗਿਆ। ਮੈਂ 6 ਸਾਲ ਘਰ ਮੇ ਥਾ ਬਿਲਕੁਲ, ਮੁਝੇ ਇਤਨਾ ਜ਼ਖਮ ਬੜੇ ਬੜੇ ਹੋ ਗਏ ਥੇ ਕਿ ਮੈਂ ਮਰਨੇ ਵਾਲਾ ਥਾ, ਲੇਕਿਨ ਜਬ ਮੈਂ ਬਾਹਰ ਨਿਕਲਨੇ ਲਗਾ ਲੋਗੋ ਕੋ ਦੇਖਾ ਕਿ ਮੈਂ ਬਾਹਰ ਨਿਕਲਨ ਕਿਤਨਾ ਦੁਨੀਆ ਕਿਤਨਾ ਅੱਛੀ ਹੈ, ਤਾਂ ਹਮਨੇ ਬਹੁਤ ਬਹੁਤ ਅੱਛਾ ਕੀਆ ਮੈਂ ਇੱਧਰ ਨਿਕਲ ਰਹੇ ਹੈ, ਲੋਕ ਹਮੇ ਦੇਖ ਰਹੇ ਹੈ, ਹਮ ਸੋਚ ਰਹੇ ਹੈ ਕਿ ਜੋ ਹਮਾਰੇ ਜੈਸੇ ਹੈ ਉਹ ਘਰ ਸੇ ਬਾਹਰ ਨਹੀਂ ਨਿਕਲ ਰਹੇ ਹੈ, ਉਹ ਮਰਨੇ ਸੋਚ ਰਹੇ ਕਿ ਹਮ ਸੁਸਾਈਡ ਕਰ ਲੇ ਔਰ ਆਪਣੇ ਆਪ ਕੋ ਮੌਤ ਦੇ ਘਾਟ ਉਤਾਰ ਦੇ, ਲੇਕਿਨ ਇਹ ਸਭ ਕਰਨੇ ਸੇ ਬਹੁਤ ਬੁਰਾ ਹੋਗਾ। ਹਮ ਲੋਕ ਸੋਚਤੇ ਹੈ ਕਿ ਆਪ ਲੋਕ ਬਾਹਰ ਨਿਕਲੋ, ਜ਼ਿੰਦਗੀ ਬਹੁਤ ਅੱਛੀ ਹੈ, ਐਸੀ ਜ਼ਿੰਦਗੀ ਫਿਰ ਨਹੀਂ ਮਿਲੇਗੀ, ਹਿੰਮਤ ਹਾਰਨੇ ਸੇ ਕੁਛ ਨਹੀਂ ਹੋਗਾ, ਆਪ ਲੋਕ ਆਗੇ ਨਿਕਲੋ ਔਰ ਆਪਣੇ ਭਵਿਸ਼ ਬਣਾਓ ਔਰ ਆਗੇ ਦੇਖੋ ਦੁਨੀਆ ਮੇ ਬਹੁਤ ਕੁਛ ਹੈ। ਮੇਰਾ ਨਾਮ ਕੁਲਦੀਪ ਰਾਏ ਸੈਣੀ ਹੈ, ਮੈਂ ਰਿਟਾਇਰਡ ਇਨਕਮ ਟੈਕਸ ਅਫਸਰ ਤੋਂ ਰਿਟਾਇਰ ਹੋਇਆ। ਮੈਂ ਅਕਸਰ ਵੈਸੇ ਰਨ ਕਰਦਾ, ਇੱਥੇ ਆ ਕੇ ਬਹੁਤ ਹੀ ਅੱਛਾ ਮਾਹੌਲ ਸੀਗਾ ਔਰ ਥੋੜਾ ਪੇਂਡੂ ਇਲਾਕਾ ਕਰਕੇ ਹੋਰ ਵੀ ਜ਼ਿਆਦਾ ਵਧੀਆ ਲੱਗਿਆ। ਅਸੀਂ ਵੈਸੇ ਨਾਰਮਲੀ ਜਲੰਧਰ ਰਨਿੰਗ ਕਲੱਬ ਵੱਲੋਂ ਰਨ ਕਰੀਦਾ, ਸਾਡੇ ਸੁਨੀਲ ਜਿਹੜੇ ਸੁਨੀਲ ਸਰ ਹੈਗੇ ਆ, ਕੋਚ ਸਾਹਿਬ ਵੀ ਆਏ ਹੋਏ ਆ ਇੱਥੇ, ਤੇ ਅਸੀਂ ਰੈਗੂਲਰ ਰਨ ਕਰੀਦਾ, ਬਹੁਤ ਹੀ ਮਜ਼ਾ ਆਇਆ, ਬਹੁਤ ਹੀ ਅੱਛਾ ਇਵੈਂਟ ਹੈ ਔਰ ਰੈਗੂਲਰ ਹੋਣਾ ਚਾਹੀਦਾ ਇਹਦਾ ਦਾ, ਤਾਂ ਕਿ ਸਾਡਾ ਜਿਹੜਾ ਹੈਗਾ ਪੰਜਾਬ ਨਸ਼ਿਆਂ ਤੋਂ ਮੁਕਤ ਰਹੇ, ਬੱਚੇ ਜਿਹੜੇ ਹੈਗੇ ਆ ਉਹ ਰਨਿੰਗ ਵਾਲੇ ਪਾਸੇ ਨੂੰ ਚੱਲਣ, ਆਪਣੇ ਐਥਲੈਟਿਕਸ ਵਾਲੇ ਪਾਸੇ ਨੂੰ ਚੱਲਣ। ਬਾਲ ਸੁਸਾਇਟੀ ਇੱਥੇ ਹੈਗੀ ਆ, ਬਾਲ ਸਪੋਰਟਸ ਅਕੈਡਮੀ ਹੈਗੀ ਆ, ਬਹੁਤ ਅੱਛਾ ਕੰਮ ਕਰ ਰਹੀ ਹੈ, ਕਮਲਜੀਤ ਮੈਡਮ ਹੈਗੇ ਆ,
ਉਹ ਬਹੁਤ ਹੀ ਅੱਛੇ ਕੋਚ ਵੀ ਹੈਗੇ ਆ ਤੇ ਅੱਛਾ ਸਿਖਲਾਈ ਦਿੰਦੇ ਹੈਗੇ ਕਿੰਨੀ ਉਮਰ ਹੈ ਤੁਹਾਡੀ ਤੇ ਹੁਣ ਮਤਲਬ ਜਿਹੜੀ ਸ਼ਹਿਰੀ ਖੇਡ ਪਿੰਡਾਂ ਦੇ ਵਿੱਚ ਮਤਲਬ ਸ਼ੁਰੂ ਹੋ ਗਈ ਹੈ ਇਹਨੂੰ ਕਿੱਦਾਂ ਦੇਖਦੇ ਹੋ ਸਰ ਇਹ ਸ਼ਹਿਰੀ ਖੇਡ ਜਿਹੜੀ ਪਿੰਡਾਂ ਵਿੱਚ ਹੋਈ ਹੈ ਨਾ ਬਹੁਤ ਹੀ ਅੱਛੀ ਗੱਲ ਹੈ ਪਿੰਡਾਂ ਤੋਂ ਹੀ ਸਾਡੇ ਬੱਚੇ ਜਿਹੜੇ ਹੈਗੇ ਆ ਜ਼ਿਆਦਾ ਨਿਕਲ ਸਕਦੇ ਹੈਗੇ ਆ ਸਾਡੇ ਪੋਟੈਂਸ਼ੀਅਲ ਜਿਹੜਾ ਹੈਗਾ ਨਰਸਰੀ ਉੱਥੋਂ ਬਣ ਸਕਦੀ ਹੈ ਨੈਕਸਟ ਜਿਹੜੀ ਜੋ ਵੀ ਓਲੰਪਿਕਸ ਹੋਣਗੇ ਜਾਂ ਕੋਈ ਹੋਰ ਪੰਜਾਬ ਪੱਧਰੀ ਖੇਡਾਂ ਹੋਣਗੀਆਂ ਜਾਂ ਹੋਰ ਹੋਏਗਾ ਬਾਲ ਸੁਸਾਇਟੀ ਜਿੱਦਾਂ ਹੈਗੀ ਆ ਇੱਥੇ ਅਕੈਡਮੀ ਹੈਗੀ ਆ ਬਹੁਤ ਹੀ ਅੱਛਾ ਇਹਨਾਂ ਉਪਰਾਲਾ ਹੈਗਾ ਮੈਡਮ ਦਾ ਔਰ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਮੇਰਾ ਨਾਮ ਪੂਰਨ ਕੌਰ ਹੈ ਮੇਰੀ ਏਜ 66 ਇਅਰਸ ਆ ਤੇ ਮੈਂ 10 ਕਿਲੋਮੀਟਰ ਰੇਸ ਕੀਤੀ ਮੈਰਾਥਨ ਤੇ 100 ਕਿਲੋਮੀਟਰ ਦੌੜ ਕੀਤੀ ਆ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਖੇਡਾਂ ਵੱਲ ਧਿਆਨ ਦਿਓ ਤੇ ਨਸ਼ਿਆਂ ਨੂੰ ਤਿਆਗੋ ਤੇ ਇਹਦੇ ਨਾਲ ਨਵੀਂ ਜ਼ਿੰਦਗੀ ਨਵਾਂ ਚਾਹ ਮਿਲਦਾ ਜ਼ਿੰਦਗੀ ਜੀਣ ਦਾ ਤੇ ਕਿੰਨੇ ਸਮੇਂ ਤੋਂ ਤੁਸੀਂ ਮੈਰਾਥਨ ਦੇ ਵਿੱਚ ਹਿੱਸਾ ਲੈ ਰਹੇ ਹੋ 4 ਸਾਲ ਤੋਂ ਪਿਛਲੇ 4 ਸਾਲ ਤੋਂ ਹਾਂਜੀ ਕੋਈ ਇਸ ਤੋਂ ਪਹਿਲਾਂ ਸਪੋਰਟ ਸਰਟੀਫਿਕੇਟ ਹੈਗੀ ਸੀ ਤੁਹਾਡੀ ਹਾਂਜੀ ਨਹੀਂ ਪਹਿਲਾਂ ਨਹੀਂ ਸੀ ਪਰ 4 ਸਾਲ ਤੋਂ ਮੈਂ ਪਹਿਲਾਂ ਰੇਸ ਵਾਕ ਕਰਦੀ ਨਹੀਂ ਹਾਂ ਤੁਸੀਂ ਰੇਸ ਵਾਕ ਤੇ ਆ ਗਈ ਫਿਰ ਮੈਂ ਰਨਿੰਗ ਚ ਆ ਗਈ ਹਾਂਜੀ ਕੀ ਬਦਲਾਅ ਕੀ ਮਹਿਸੂਸ ਕਰਦੇ ਹੋ ਇੱਕ ਤੇ ਮੈਂ ਬਿਲਕੁਲ ਤੰਦਰੁਸਤ ਰਹੀ ਨਹੀਂ ਆ ਕੋਈ ਬੀਪੀ ਨਹੀਂ ਵਾਦਾ ਕੋਈ ਗੋਡੇ ਪੀੜ ਨਹੀਂ ਹੁੰਦੀ ਬਿਲਕੁਲ ਠੀਕ ਆ ਤੇ ਕਿਹੜੀ ਜਗ੍ਹਾ ਤੋਂ ਮੈਂ ਅੰਮ੍ਰਿਤਸਰ ਤੋਂ ਹਾਂਜੀ ਤੇ ਮੈਰਾਥਨ ਮੈਂ 21 ਕਿਲੋਮੀਟਰ ਦੀ ਦੌੜ ਹੀ ਕੀਤੀ ਹਾਂਜੀ 21 ਅਕਤੂਬਰ ਵਿੱਚ ਬੀਐਸਐਫ ਵਾਲਿਆਂ ਨੇ ਕਰਾਈ ਸੀ ਇੰਡੀਆ ਗੇਟ ਤੋਂ ਵਾਗਾ ਬਾਰਡਰ ਤੱਕ ਤੁਹਾਡੀ ਵੱਡੀ ਪ੍ਰਾਪਤੀ ਹਾਂਜੀ ਇੱਕ ਸਿਰ ਸਿੱਖ ਫਾਰ ਕਰਨ ਆ ਗਿਆ ਸੁਪਰ ਸਿੱਖ ਵਾਲਿਆਂ ਨੇ ਜਲੰਧਰ ਕਰਾਈ ਸੀ 21 ਕਿਲੋਮੀਟਰ ਉਹ ਮੈਂ ਕੀਤੀ ਸੀ ਨੌਜਵਾਨੀਆਂ ਖੇਡਾਂ ਵਿੱਚ ਭਾਗ ਲਵੇ ਖੇਡਾਂ ਵਿੱਚ ਆਉਣ ਦੇ ਨਾਲ ਨਸ਼ਿਆਂ ਤੋਂ ਮੁਕਤ ਹੋਊਗਾ ਪੰਜਾਬ ਤੇ ਸਭ ਮਿਹਨਤ ਵਾ ਇਸ ਦਾ ਸਰੀਰ ਸਿਹਤ ਤੰਦਰੁਸਤ ਹੋਊਗੀ ਬਾਕੀ ਪਰਿਵਾਰ ਤੇ ਸਮਾਜ ਨੂੰ ਇੱਕ ਸੇਧ ਮਿਲਦੀ ਆ ਮੇਰਾ ਇਹੀ ਮਕਸਦ ਇਹ ਸਾਰਾ ਕਹਿਣਾ ਸਾਰੇ ਨੌਜਵਾਨ ਨਸ਼ਿਆਂ ਤੋਂ ਬਚਣ ਖੇਡਾਂ ਵਿੱਚ ਭਾਗ ਲੈਣ ਤੁਹਾਨੂੰ ਕੋਈ ਵੀ ਖੇਡ ਹੋਵੇ ਦੌੜ ਨਹੀਂ ਵਾਲੀ ਗੱਲ ਆ